साथ में ना। कैनेडा एक ठंडी कंट्री है और ये नाल जिहड़ा इत्थे जंक फूड का सेवन बहुत है, भरमार है जंक फूड की, और 6 महीने जिहड़ी ठंड पैंदी है, स्नो पैंदी है इन्नी हैवी, उहदे नाल काफ़ी डिप्रैशन जिहड़ी साडे भाईचारे नूं आउंदी है। अज साडे नाल डॉक्टर वरिंदर सिंह जिहड़े 6 साल तो फैमिली फिजिशियन ने, इहदे नाल नाल जिहड़े बच्चे मैडिकल पढ़ते ने उहनां नूं इह पढ़ाउंदे ने यूनिवर्सिटी ऑफ अल्बर्टा च, और एग्जामिनर ने अज साडे नाल हैल्थ टिप्स लै के आए ने। डॉक्टर साहब थोड़ा स्वागत है। थैंक यू यश जी, बहुत बहुत थैंक्स ਤੁਹਾਡਾ ਮੈਨੂੰ ਅੱਜ ਸਟੂਡੀਓ 'ਚ ਬੁਲਾਉਣ ਵਾਸਤੇ। ਹਾਰਮਨੀ ਟੀਵੀ ਦੇ ਸਾਰੇ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਕਿਉਂਕਿ ਜਦੋਂ ਜਾਣ ਦੇ ਵਿੱਚ ਡੇਲੀ ਡੇ ਟੂ ਡੇ ਲਾਈਫ ਦੇ ਵਿੱਚ ਤੁਹਾਡੇ ਕੋਲ ਬੜੇ ਜਿਹੜੇ ਹੈ ਪੇਸ਼ੈਂਟ ਆਉਂਦੇ ਹੈ, ਔਰ ਇਹ ਕੰਟਰੀ ਜਿਹੜੀ ਬੜੀ ਡਿਫਰੈਂਟ ਹੈ, ਜੇ ਅਸੀਂ ਪਿਛੋਕੜ ਜਿਹੜਾ ਸਾਡਾ ਸੀ ਉਹ ਬੜੀ ਡਿਫਰੈਂਟ ਕੰਟਰੀ ਸੀਗੀ, ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਤੁਸੀਂ ਕੀ ਮਹਿਸੂਸ ਕਰਦੇ, ਕਿੱਦਾਂ ਦੀਆਂ ਬਿਮਾਰੀਆਂ ਜਿਹੜੀਆਂ ਸਾਡੇ ਭਾਈਚਾਰੇ ਨੂੰ ਘੇਰਦੀਆਂ? ਇੱਥੇ ਜਿੱਦਾਂ ਤੁਸੀਂ ਬੜਾ ਠੀਕ ਦੱਸਿਆ ਹੈ ਕਿ ਬੜੀ ਠੰਡੀ ਮੁਲਕ ਹੈ, 6 ਮਹੀਨੇ ਸਰਦੀ ਰਹਿੰਦੀ ਹੈ, ਕਾਫੀ ਹੱਦ ਤੱਕ ਲੋਕਾਂ ਕੋਲ ਕੋਈ ਟਰਾਂਸਪੋਰਟੇਸ਼ਨ ਨਹੀਂ ਹੁੰਦੀ ਹੈ, ਪਬਲਿਕ ਟਰਾਂਸਪੋਰਟੇਸ਼ਨ 'ਤੇ ਜਾਣਾ ਪੈਂਦਾ, ਲੋਕਾਂ ਵਿੱਚ ਇਨਐਕਟੀਵਿਟੀ ਬੜੀ ਆ ਜਾਂਦੀ ਹੈ। ਜਿੱਦਾਂ ਆਪਾਂ ਇੰਡੀਆ 'ਚ ਪੁਰਾਣਾ ਦੇਖਦੇ ਸੀ ਕਿ ਉੱਥੇ ਮੌਸਮ ਵਧੀਆ ਹੋਣ ਕਰਕੇ ਆਦਮੀ ਬੜਾ ਐਕਟਿਵ ਰਹਿੰਦਾ ਸੀ, ਸੋ ਇੱਥੇ ਇਨਐਕਟੀਵਿਟੀ ਕਰਕੇ ਕਾਫੀ ਬਿਮਾਰੀਆਂ ਆ ਜਾਂਦੀਆਂ ਨੇ, ਨੇਮਲੀ ਉਹਨਾਂ 'ਚੋਂ ਓਬੈਸਿਟੀ ਜਾਂ ਜਿਹਨੂੰ ਆਪਾਂ ਮੋਟਾਪਾ ਕਹਿੰਦੇ ਹਾਂ, ਉਹ ਬੜੀ ਪ੍ਰੈਵਲੈਂਟ ਹੈ ਆਪਣੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ। ਉਸ ਤੋਂ ਇਲਾਵਾ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟਰੋਲ ਲੈਵਲਸ, ਹਾਰਟ ਅਟੈਕਸ ਅਤੇ ਸਟ੍ਰੋਕਸ, ਆਹ ਕਾਫੀ ਬਿਮਾਰੀਆਂ ਜਿਹੜੀਆਂ ਨੇ ਉਹ ਬੜੀਆਂ ਜ਼ਿਆਦਾ ਆਪਣੇ ਸਪੈਸ਼ਲੀ ਹਾਰਟ ਅਟੈਕਸ ਆਪਣੇ ਈਸਟ ਇੰਡੀਅਨ ਆਪਣੇ ਕਮਿਊਨਿਟੀ ਵਿੱਚ ਬਹੁਤ ਜ਼ਿਆਦਾ ਦੇਖੀ ਜਾਂਦੀ ਹੈ। ਕੈਨੇਡਾ ਦੀ ਤੇਜ਼ ਰਫ਼ਤਾਰੀ ਦੀ ਜ਼ਿੰਦਗੀ 'ਚ ਡਾਕਟਰ ਸਾਹਿਬ ਲੋਕ ਜੰਕ ਫੂਡ ਬਹੁਤ ਖਾਂਦੇ ਆ, ਔਰ ਉਹਦੇ ਕੀ ਸਾਈਡ ਇਫੈਕਟ ਹੈ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਦੱਸੋ। ਜਿਹੜਾ ਇੱਥੇ ਜੰਕ ਫੂਡ ਹੈ ਉਹ ਆਪਾਂ ਸਾਨੂੰ ਬਹੁਤ ਸਵਾਦ ਲੱਗਦਾ, ਉਹ ਸਵਾਦ ਤਾਂ ਲੱਗਦਾ ਕਿਉਂਕਿ ਉਹਦੇ 'ਚ ਬੜੀ ਹਾਈ ਫੈਟ ਪਾਈ ਹੁੰਦੀ ਹੈ, ਅਤੇ ਜਿਹੜੀ ਫੈਟ ਦੀ ਮਾਤਰਾ ਹੁੰਦੀ ਹੈ ਜਿਹਨੂੰ ਆਪਾਂ ਜ਼ਿਆਦਾਤਰ ਸੈਚੂਰੇਟਿਡ ਫੈਟਸ ਕਹਿੰਦੇ ਹਾਂ, ਉਹ ਵਾਲੀ ਫੈਟਸ ਹੁੰਦੀਆਂ ਨੇ, ਸੋ ਉਹ ਜਿਹੜੀਆਂ ਸੈਚੂਰੇਟਿਡ ਫੈਟਸ ਨੇ ਉਹ ਬਹੁਤ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਕਿ ਉਹ ਜਿਹੜੀਆਂ ਕੋਲੈਸਟਰੋਲ ਵਧਾ ਦਿੰਦੇ ਨੇ। ਕੋਲੈਸਟਰੋਲ ਵਧਣ ਨਾਲ ਕੀ ਹੁੰਦਾ ਕਿ ਜਿਹੜੀਆਂ ਦਿਲ ਦੀਆਂ ਨਾੜਾਂ ਨੇ ਜਾਂ ਬ੍ਰੇਨ ਦੀਆਂ ਨਾੜਾਂ ਨੇ ਉਹਨਾਂ ਵਿੱਚੋਂ ਕੋਲੈਸਟਰੋਲ ਜੰਮ ਜਾਂਦਾ, ਜਿਹਦੇ ਕਾਰਨ ਹਾਰਟ ਅਟੈਕਸ ਅਤੇ ਸਟ੍ਰੋਕਸ ਜਿਹੜੀਆਂ ਨੇ ਉਹ ਅਗੇਨ ਬਹੁਤ ਜ਼ਿਆਦਾ ਪ੍ਰੈਵਲੈਂਟ ਨੇ ਆਪਣੀ ਕਮਿਊਨਿਟੀ ਦੇ ਵਿੱਚ। ਇੱਕ ਦੂਸਰਾ ਕਾਰਨ ਹੈ ਕਿ ਆਪਣਾ ਈਸਟ ਇੰਡੀਅਨ ਕਮਿਊਨਿਟੀ ਹੈ, ਆਪਣੀਆਂ ਜਿਹੜੀਆਂ ਦਿਲ ਦੀਆਂ ਨਾੜਾਂ ਨੇ ਉਹ ਵੈਸੇ ਹੀ ਨੈਰੋ ਨੇ ਐਜ਼ ਕੰਪੇਅਰਡ ਟੂ ਅਦਰ ਪਾਪੂਲੇਸ਼ਨਸ, ਅਤੇ ਉਹਦੇ ਕਰਕੇ ਕੀ ਹੁੰਦਾ ਹੈ ਕਿ ਉਹ ਜਿਹੜੀਆਂ ਜੇ ਕੋਲੈਸਟਰੋਲ ਉੱਥੇ ਜੰਮ ਜਾਵੇ ਅਤੇ ਉਹਦੇ ਵਿੱਚ ਹਾਰਟ ਅਟੈਕ ਹੋਣ ਦੇ ਚਾਂਸਿਸ ਕਾਫੀ ਵੱਧ ਜਾਂਦੇ ਨੇ। ਲੋਕਾਂ ਦਾ ਜਿਹੜਾ ਲਾਈਫ ਸਟਾਈਲ ਹੈ ਜੀ, ਇੱਥੇ ਆਪਣੇ ਪਿਛੋਕੜ ਦੇਖੀਏ ਪੰਜਾਬ ਦਾ ਜਾਂ ਇੰਡੀਆ, ਉਹਦੇ ਨਾਲ ਹਟ ਕੇ ਹੈ ਕਿ ਉਹ ਵੀ ਜਿਹੜਾ ਹੈਲਥ ਨੂੰ ਸਫਰ ਕਰਦਾ? ਯੈਸ ਡੈਫੀਨੇਟਲੀ, ਅਗੇਨ ਜਿੱਦਾਂ ਮੈਂ ਤੁਹਾਨੂੰ ਸ਼ੁਰੂ 'ਚ ਹੀ ਦੱਸਿਆ ਸੀਗਾ ਕਿ ਇਨਐਕਟੀਵਿਟੀ ਨਾ ਹੋਣ ਕਰਕੇ ਬਿਕੋਜ਼ ਆਫ ਦ ਵੈਦਰ ਕੰਡੀਸ਼ਨਸ, ਬਾਹਰ ਜੇ ਸਨੋਅ ਪੈ ਰਹੀ ਹੈ, -35 ਟੈਂਪਰੇਚਰ ਹੈ, ਕਿਤੇ ਕਿਹਦਾ ਜੀ ਕਰਦਾ ਹੈਗਾ ਕਿ ਬਾਹਰ ਨਿਕਲਣ ਨੂੰ, ਅਤੇ ਉਹ ਕਿਉਂਕਿ ਇਨਐਕਟੀਵਿਟੀ ਹੈ ਉਹਦੇ ਕਰਕੇ ਓਬਵੀਅਸਲੀ ਆ ਸਾਰੀਆਂ ਚੀਜ਼ਾਂ ਜਿਹੜੀਆਂ ਹੈਲਥ ਦੇ ਉੱਤੇ ਜ਼ਰੂਰ ਇਫੈਕਟ ਪਾਉਂਦੀਆਂ ਨੇ। ਬਟ ਜੇ ਜਿਹਨਾਂ ਕੋਲ ਐਕਸੈਸ ਹੈ ਟੂ ਜਿੰਮ ਜਾਂ ਹੋਰ ਚੀਜ਼ਾਂ ਕਰਕੇ, ਅਤੇ ਉਹ ਜ਼ਰੂਰ ਉਹਨਾਂ ਨੂੰ ਜਿਮ ਦੇ ਵਿੱਚ ਜਾ ਕੇ ਆਪਣੀਆਂ ਜਿੰਨਾ ਵੀ ਰੁਝੇਵਿਆਂ 'ਚੋਂ ਟਾਈਮ ਕੱਢ ਕੇ ਅਤੇ ਰੋਜ਼ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਡਾਕਟਰ ਸਾਹਿਬ, ਇਹ ਵੀ ਅਸੀਂ ਦੇਖਿਆ ਆਮ ਕਿ ਆਰਥਰਾਈਟਸ ਜਿਹੜਾ ਹੈ ਉਹ ਬੜਾ ਪ੍ਰੈਵਲੈਂਟ ਹੈਗਾ, ਉਹਦੇ ਕੀ ਕਾਰਨ ਹੈ ਔਰ ਉਹਦੇ ਤੋਂ ਕਿਵੇਂ ਬਚਿਆ ਜਾ ਸਕਦਾ? ਹਾਂਜੀ, ਆਰਥਰਾਈਟਸ ਜਿਹੜੀ ਹੈਗੀ ਹੈ, ਸਪੈਸ਼ਲੀ ਤੁਸੀਂ ਦੇਖਿਆ ਹੋਣਾ ਕਿ ਕੈਨੇਡਾ 'ਚ ਆ ਕੇ ਕਾਫੀ ਬਜ਼ੁਰਗ ਲੋਕ ਆ ਕੇ ਕੰਪਲੇਨ ਕਰਨ ਲੱਗ ਪੈਂਦੇ ਨੇ ਜੀ, ਗੋਡੇ ਜੀ ਦੁਖਣ ਲੱਗ ਪਏ ਜੀ, ਅਤੇ ਅਗੇਨ ਇੱਕ ਤਾਂ ਚਲੋ ਠੰਡ ਤਾਂ ਹੁੰਦੀ ਹੈ, ਪਰ ਅਗੇਨ ਸਭ ਤੋਂ ਜ਼ਿਆਦਾ ਇਹਦੇ ਵਿੱਚ ਆਹੀ ਪ੍ਰੋਬਲਮ ਹੈ ਕਿ ਇਨਐਕਟੀਵਿਟੀ ਹੈ, ਅਤੇ ਇਨਐਕਟੀਵਿਟੀ ਆ ਕਿ ਮੀਨਸ ਸੈਰ ਘੱਟ ਹੁੰਦੀ ਹੈ, ਇੱਥੇ ਉਹ ਐਕਸਰਸਾਈਜ਼ ਘੱਟ ਹੁੰਦੀ ਹੈ, ਅਤੇ ਆਹ ਸਾਰੀਆਂ ਜਿਹੜੀਆਂ ਫੈਕਟਰਸ ਨੇ ਜਿਹੜੇ ਆਰਥਰਾਈਟਸ ਨੂੰ ਜ਼ਿਆਦਾ ਪ੍ਰੋਬਲਮੈਟਿਕ ਕਰ ਦਿੰਦੇ ਨੇ, ਅਤੇ ਜ਼ਰੂਰ ਦੇਖਿਆ ਗਿਆ ਕਿ ਇੱਥੇ ਬਹੁਤ ਜ਼ਿਆਦਾ ਆਰਥਰਾਈਟਸ ਹੈ, ਬਟ ਉਹ ਸਾਰਾ ਉਹਨਾਂ ਦਾ ਜੇ ਆਪਾਂ ਜਨਮ ਕਹੀਏ ਤਾਂ ਉਹ ਇਨਐਕਟੀਵਿਟੀ ਤੋਂ ਹੀ ਸਟੈਮ ਹੁੰਦਾ ਹੈ। ਜੇ ਕੋਈ ਆਦਮੀ ਆਪਣੇ ਆਪ ਨੂੰ ਐਕਟਿਵ ਰੱਖੇ, ਐਕਸਰਸਾਈਜ਼ ਕਰਦਾ ਰਹੇ, ਅਤੇ ਉਹ ਜ਼ਰੂਰ ਆਰਥਰਾਈਟਸ ਨੂੰ ਕੁਛ ਦੇਰ ਤੱਕ ਕੰਟਰੋਲ ਕਰ ਸਕਦਾ ਹੈ।
ਡਾਕਟਰ ਸਾਹਿਬ ਇਹਦੇ ਨਾਲ ਇਹ ਵੀ ਦੇਖਣ ਨੂੰ ਮਿਲਿਆ ਸਾਡੇ ਜਿਹੜੇ ਬਜ਼ੁਰਗ ਹੈ ਜਾਂ ਕਾਫੀ ਪਰਿਵਾਰ ਹੈ ਉਹ ਬੇਸਮੈਂਟਾਂ 'ਚ ਰਹਿੰਦੇ ਹੈ ਔਰ ਕਈ ਵਾਰ ਸਾਡੇ ਬਜ਼ੁਰਗਾਂ ਦੀ ਇਲ ਟ੍ਰੀਟਮੈਂਟ ਵੀ ਹੁੰਦੀ ਹੈ ਉਹਨਾਂ ਦੇ ਬੱਚਿਆਂ ਤੋਂ ਕਿ ਇਹ ਵੀ ਡਿਪਰੈਸ਼ਨ ਦਾ ਕਾਰਨ ਹੈ ਯੈਸ ਡੈਫੀਨੇਟਲੀ ਜਦੋਂ ਮੈਂ ਪ੍ਰੈਕਟਿਸ ਵਿੱਚ ਰੋਜ਼ ਹੀ ਦੇਖਦਾ ਹੈਗਾ ਕਿ ਪੇਰੈਂਟਸ ਜਿਹੜੇ ਓਲਡ ਪੇਰੈਂਟਸ ਆਉਂਦੇ ਹੈਗੇ ਨੇ ਉਹ ਯੂਨੋ ਜਦੋਂ ਕੈਂਡ ਆਉਂਦੇ ਨੇ ਉਹ ਕੁਛ ਹੋਰ ਉਹਨਾਂ ਦੇ ਖਿਆਲਾਤ ਹੁੰਦੇ ਨੇ ਕੁਛ ਹੋਰ ਉਹਨਾਂ ਦੀਆਂ ਜਦੋਂ ਕਹਿੰਦੇ ਖਾਹਿਸ਼ਾਂ ਹੁੰਦੀਆਂ ਨੇ ਜਾਂ ਉਹਨਾਂ ਦੀ ਮੀਨਸ ਐਕਸਪੈਕਟੇਸ਼ਨਸ ਹੋਰ ਹੁੰਦੀਆਂ ਨੇ ਪਰ ਇੱਥੇ ਆ ਕੇ ਜਦੋਂ ਦੇਖਦੇ ਨੇ ਕਿ ਕੰਟਰੀ ਵਿੱਚ 6 ਮਹੀਨੇ ਬਰਫ਼ ਪੈਂਦੀ ਹੈ ਅੰਦਰ ਡੱਕ ਕੇ ਬਹਿਣਾ ਪੈਂਦਾ ਹੈਗਾ ਉਹਨਾਂ ਮਹੀਨਿਆਂ ਦੇ ਵਿੱਚ ਸਪੈਸ਼ਲੀ ਸੋਸ਼ਲ ਸਰਕਲ ਵੀ ਬੜਾ ਘੱਟ ਜਾਂਦਾ ਹੈਗਾ ਕਿਉਂਕਿ ਬੱਚੇ ਬਾਹਰ ਲੈ ਕੇ ਜਾਣਗੇ ਤਾਂ ਜਾ ਸਕਦੇ ਨੇ ਉਹ ਪਬਲਿਕ ਟਰਾਂਸਪੋਰਟ ਐਕਸੈਸ ਕਰਨੀ ਉਹਨਾਂ ਦਿਨਾਂ 'ਚ ਬੜੀ ਮੁਸ਼ਕਿਲ ਜੀ ਹੋ ਜਾਂਦੀ ਹੈ ਰੋਡਸ ਬੜੀਆਂ ਸਲਿਪਰੀ ਹੋ ਜਾਂਦੀ ਹੈ ਫੁੱਟਪਾਥ ਸਲਿਪਰੀ ਹੋ ਜਾਂਦੇ ਨੇ ਸੋ ਸੋਸ਼ਲ ਆਊਟਕਾਸਟ ਹੋਣ ਕਰਕੇ ਜਾਂ ਸੋਸ਼ਲੀ ਨੋਟ ਕਨੈਕਟਿਡ ਹੋਣ ਕਰਕੇ ਉਹਨਾਂ ਨੂੰ ਬੜੇ ਡਿਪਰੈਸ਼ਨ ਦਾ ਸਾਹਮਣਾ ਕਰਨਾ ਪੈਂਦਾ ਵਾਈਲ ਇਨ ਇੰਡੀਆ ਤੁਸੀਂ ਦੇਖਦੇ ਹੋ ਕਿ ਹਰ ਮੁਹੱਲੇ 'ਚ ਪਿੰਡ 'ਚ ਗਲੀ 'ਚ ਸੋਸ਼ਲੀ ਬੰਦਾ ਘਰੋਂ ਬਾਹਰ ਨਿਕਲਿਆ ਨਹੀਂ ਤਾਂ 4 ਬੰਦੇ ਮਿਲ ਜਾਂਦੇ ਗੱਲਬਾਤ ਕਰਨ ਨੂੰ ਉਹ ਚੀਜ਼ਾਂ ਬੜੀਆਂ ਲੋਕਾਂ ਵਾਸਤੇ ਡਿਪਰੈਸਿੰਗ ਨੇ ਇੱਥੇ ਡਾਕਟਰ ਸਾਹਿਬ ਤੁਹਾਡੇ ਕੋਲ ਯੂਥ ਵੀ ਆਉਂਦਾ ਹੈ ਜੀ ਹਾਂਜੀ ਮੇਰੇ ਕੋਲ ਮਿਕਸ ਪ੍ਰੈਕਟਿਸ ਹੈ ਜੀ ਸਾਰੇ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਨੇ ਜੀ ਮੇਰੇ ਕੋਲ ਅਤੇ ਜਿਹੜਾ ਇੱਥੇ ਬੜਾ ਰੌਲਾ ਜੀ ਕਿ ਆਪਣਾ ਜਿਹੜੇ ਡਰੱਗ ਦਾ ਸੇਵਨ ਬਹੁਤ ਹੈ ਜਾਂ ਅਲਕੋਹਲ ਦਾ ਸੇਵਨ ਬਹੁਤ ਹੈ ਤੁਹਾਡਾ ਕੀ ਪ੍ਰਤੀਕਰਮ ਹੈ ਉਸ ਗੱਲ ਨੂੰ ਲੈ ਕੇ ਦੇਖੋ ਜੀ ਇੱਥੇ ਮੈਂ ਤਾਂ ਆਹ ਸਮਝਦਾ ਹਾਂ ਕਿ ਡਰੱਗਸ ਹੋਣ ਜਾਂ ਐਲਕੋਹਲ ਹੋਵੇ ਸਮੋਕਿੰਗ ਹੋਵੇ ਜੋ ਮਰਜ਼ੀ ਉਹ ਆਦਮੀ ਦੇ ਉੱਤੇ ਡਿਪੈਂਡ ਕਰਦਾ ਹੈ ਹੈਗਾ ਅਤੇ ਓਬਵੀਅਸਲੀ ਡਰੱਗਸ ਤਾਂ ਹੁਣ ਇੰਡੀਆ ਵੀ ਬਹੁਤ ਮਿਲਦੀਆਂ ਨੇ ਬਟ ਇੱਥੇ ਮੀਨਸ ਉਹਨਾਂ ਨੂੰ ਆਪਣੇ ਆਪ ਨੂੰ ਸੋਚਣਾ ਚਾਹੀਦਾ ਹੈਗਾ ਕਿ ਆਹ ਚੀਜ਼ਾਂ ਸਾਡੇ ਵਾਸਤੇ ਮਾੜੀਆਂ ਨੇ ਅਤੇ ਆਹ ਚੀਜ਼ਾਂ ਦਾ ਵਰਤੋਂ ਨਾ ਕਰਨ ਸਮੋਕਿੰਗ ਬੜੀ ਵੱਡੀ ਇੱਕ ਚੀਜ਼ ਹੈ ਜਿਹੜੀ ਲੰਗ ਕੈਂਸਰ ਨੂੰ ਜਾਂ ਲੰਗ ਡਿਜ਼ੀਜ਼ ਨੂੰ ਯੂਨੋ ਕਰਦੀ ਹੈਗੀ ਹੈ ਕੀ ਕਹਿੰਦੇ ਜਨਮ ਦਿੰਦੀ ਹੈ ਅਤੇ ਐਲਕੋਹਲ ਜਿਹੜੀ ਹੈ ਉਹਦੇ ਨਾਲ ਕਈ ਘਰ ਬਰਬਾਦ ਹੋ ਜਾਂਦੇ ਨੇ ਸਟਮਕ ਦਾ ਪ੍ਰੋਬਲਮਸ ਲਿਵਰ ਦੀ ਪ੍ਰੋਬਲਮਸ ਯੂਨੋ ਹਾਰਟ ਅਟੈਕ ਸਟਰੋਕ ਸਭ ਕੁਛ ਦਿੰਦੀ ਹਾਈ ਬਲੱਡ ਪ੍ਰੈਸ਼ਰ ਆਹ ਸਾਰੀਆਂ ਚੀਜ਼ਾਂ ਦੀ ਪ੍ਰੋਬਲਮ ਹੈਗੀ ਹੈ ਅਤੇ ਬਾਕੀ ਜਿਹੜੇ ਦੂਸਰੇ ਡਰੱਗਸ ਨੇ ਜਿਹੜੇ ਇਲੀਸਿਟ ਡਰੱਗਸ ਨੇ ਉਹ ਉਹਨਾਂ ਨਾਲ ਬਹੁਤ ਜ਼ਿਆਦਾ ਘਰ ਬਰਬਾਦ ਹੋਏ ਨੇ ਮੀਨਸ ਇੱਕ ਤਾਂ ਓਬਵੀਅਸਲੀ ਆਫ ਦਾ ਸਟਰੀਟ ਲੈਂਦੇ ਹੈਗੇ ਨੇ ਮਹਿੰਗੀਆਂ ਬੜੀਆਂ ਹੈਗੀਆਂ ਨੇ ਇੱਕ ਉਹ ਐਨੀ ਐਡਿਕਟਿਵ ਨੇ ਇੱਕ ਰੀਸੈਂਟਲੀ ਤੁਸੀਂ ਅਖਬਾਰਾਂ 'ਚ ਪੜ੍ਹਿਆ ਹੋਣਾ ਕਿ ਫੈਂਟਨਲ ਕ੍ਰਾਈਸਿਸ ਬੜਾ ਇੱਥੇ ਕੈਨੇਡਾ ਦੇ ਵਿੱਚ ਆਇਆ ਹੋਇਆ ਸੋ ਆਹ ਡਰੱਗਸ ਜਿਹੜੀਆਂ ਇਲੀਸਿਟਲੀ ਸਮਗਲ ਹੋ ਕੇ ਆਉਂਦੀਆਂ ਨੇ ਬਾਹਰੋਂ ਦੇ ਆਰ ਵੈਰੀ ਵੈਰੀ ਡੇਂਜਰਸ ਮੀਨਸ 1 ਜਾਂ 2 ਗੋਲੀਆਂ ਖਾਣ ਨਾਲ ਵੀ ਬੱਚੇ ਜਿਹੜੇ ਹੈਗੇ ਨੇ ਉਹ ICU 'ਚ ਲੈਂਡ ਅਪ ਹੋਏ ਨੇ ਅਤੇ ਸਮਟਾਈਮਸ ਉਹਨਾਂ ਦੀ ਜਾਨਾਂ ਵੀ ਚਲੀ ਗਈਆਂ ਨੇ ਸੋ ਆਹੀ ਜਿਹੜੇ ਯੂਥ ਹੈ ਦੇ ਸ਼ੁੱਡ ਬੀ ਵੈਰੀ ਵੈਰੀ ਕੇਅਰਫੁੱਲ ਅਬਾਊਟ ਜਿਹੜੀ ਵੀ ਉਹ ਡਰੱਗਸ ਜਾਂ ਇਲੀਸਿਟ ਸਬਸਟੈਂਸਿਸ ਯੂਜ਼ ਕਰਦੇ ਹੈਗੇ ਨੇ ਪਿੱਛੇ ਜੇ ਵੀ ਦੇਖਣ ਨੂੰ ਮਿਲਿਆ ਜੀ ਸਾਡੇ ਭਾਈਚਾਰੇ 'ਚ ਯੂਥ ਦੇ ਵਿੱਚ ਕਾਫੀ ਸੁਸਾਈਡ ਜਿਹੜਾ ਨਾ ਉਹ ਵੱਧ ਗਿਆ ਸੀਗਾ ਔਰ ਕਾਫੀ ਅਵੇਅਰਨੈਸ ਗਰੁੱਪ ਵੀ ਅੱਗੇ ਆਏ ਹੈ ਕਿ ਇਹਦਾ ਕਾਰਨ ਕੀ ਹੋ ਸਕਦਾ ਜਿਹੜਾ ਸੁਸਾਈਡ ਵਧਿਆ ਆਹ ਮੈਂ ਸਮਝਦਾ ਕਿ ਇਟ ਇਜ਼ ਅ ਕੰਬੀਨੇਸ਼ਨ ਆਫ ਥਿੰਗਸ ਓਬਵੀਅਸ ਇੱਕ ਤਾਂ ਇੱਥੇ ਮਿਹਨਤ ਕਾਫੀ ਕਰਨੀ ਪੈਂਦੀ ਹੈ ਹਰ ਇੱਕ ਇਨਸਾਨ ਨੂੰ ਰੋਟੀ ਕਮਾਉਣ ਪਿੱਛੇ ਸੋ ਕੰਬੀਨੇਸ਼ਨ ਆਫ ਆਹੀ ਜਿਹੜੇ ਇਲੀਸਿਟ ਡਰੱਗਸ ਜਿਹੜੇ ਅਵੇਲੇਬਲ ਹੋਏ ਨੇ ਕੰਬੀਨੇਸ਼ਨ ਆਫ ਫੈਮਿਲੀ ਸਰਕਮਸਟਾਂਸਿਸ ਕੰਬੀਨੇਸ਼ਨ ਆਫ ਅਨਇੰਪਲੋਇਮੈਂਟ ਲੋ ਫਾਈਨੈਂਸ਼ੀਅਲ ਸਟੇਟਸ ਆਹ ਸਾਰੀਆਂ ਚੀਜ਼ਾਂ ਨੂੰ ਐਂਡ ਹਾਈ ਐਕਸਪੈਕਟੇਸ਼ਨਸ ਆਹ ਸਾਰੀਆਂ ਚੀਜ਼ਾਂ ਮਿਲ ਮਿਲਾ ਕੇ ਅਤੇ ਕਾਫੀ ਸੁਸਾਈਡਲ ਰੇਟ ਇੱਥੇ ਕਾਫੀ ਹਾਈ ਹੋ ਗਿਆ ਹੈਗਾ ਹੁਣ ਤੁਹਾਡੀ ਦੇਖੋ ਪ੍ਰੈਕਟਿਸ ਤੁਸੀਂ 6 ਸਾਲ ਤੋਂ ਕਰ ਰਹੇ ਹੋ ਕਿਹੜੀਆਂ ਅਕਸਰ ਬਿਮਾਰੀਆਂ ਜਿਨ੍ਹਾਂ ਲਈ ਜ਼ਿਆਦਾ ਲੋਕ ਜਿਹੜੇ ਤੁਹਾਡੀ ਜਿਹੜੀ ਗਾਈਡੈਂਸ ਲੈਣ ਆਉਂਦੇ ਆ ਜਾਂ ਕੰਸਲਟੇਸ਼ਨ ਲੈਣ ਆਉਂਦੇ ਆ ਆਪਣੇ ਇੱਥੇ ਜ਼ਿਆਦਾਤਰ ਤਾਂ ਬਿਮਾਰੀਆਂ ਇੱਕ ਤਾਂ ਆਹੀ ਜਿੱਦਾਂ ਮੈਂ ਦੱਸਿਆ ਕਿ ਡਾਇਬਟੀਜ਼ ਬੜੀ ਰੈਂਪੈਂਟ ਹੈ ਡਾਇਬਟੀਜ਼ ਹਾਈ ਬਲੱਡ ਪ੍ਰੈਸ਼ਰ ਮੋਟਾਪਾ ਜਾਂ ਓਬੈਸਿਟੀ ਫਿਰ ਤੁਹਾਡੀ ਆਰਥਰਾਈਟਸ ਬਹੁਤ ਜ਼ਿਆਦਾ ਓਸਟੀਓ ਆਰਥਰਾਈਟਸ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਬੜੀ ਵਾਈਡਲੀ ਸਪਰੈਡ ਹੈ ਆਪਣੀ ਕਮਿਊਨਿਟੀ ਦੇ ਵਿੱਚ ਅਤੇ ਉਸ ਤੋਂ ਇਲਾਵਾ ਜ਼ਿਆਦਾਤਰ ਹੋਰ ਲੋਕ ਆਪਣੇ ਜਿਹੜੇ ਸਮੋਕਰਸ ਹੈਗੇ ਨੇ ਉਹ ਲੰਗ ਕੰਡੀਸ਼ਨਸ ਵਾਸਤੇ ਬੜੇ ਕਾਮਨਲੀ ਆਉਂਦੇ ਹੈਗੇ ਨੇ ਸੋ ਮੇਨਲੀ ਡਾਇਬਟੀਜ਼ ਹਾਈ ਬਲੱਡ ਪ੍ਰੈਸ਼ਰ ਓਬੈਸਿਟੀ ਅਤੇ ਓਸਟੀਓ ਆਰਥਰਾਈਟਸ ਆਹ ਮੈਂ ਸਮਝਦਾ ਕਿ ਅਤੇ ਪੰਜਵੀਂ ਡਿਪਰੈਸ਼ਨ ਆਹ ਮੈਂ ਸਮਝਦਾ ਕਿ 5-6 ਚੀਜ਼ਾਂ ਐਸੀਆਂ ਨੇ ਜਿਹਦੇ ਵਿੱਚ ਲੋਕ ਬਹੁਤ ਕਾਫੀ ਆਊਟਡੋਰ ਪ੍ਰੈਕਟਿਸ ਦੇ ਵਿੱਚ ਕਾਫੀ ਵਾਰੀ ਆਉਂਦੇ ਹੈਗੇ ਨੇ ਔਰ ਸਾਡੇ ਦਰਸ਼ਕਾਂ ਨੂੰ ਦੱਸੋ ਤੁਹਾਡਾ ਕੀ ਸੁਨੇਹਾ ਇੱਕ ਖੁਸ਼ਹਾਲ ਜ਼ਿੰਦਗੀ ਜੀਣ ਲਈ ਕੈਨੇਡਾ ਦੇ ਵਿੱਚ ਉਹਨਾਂ ਨੂੰ ਕੀ ਕੁਛ ਕਰਨਾ ਚਾਹੀਦਾ ਐਕਸਰਸਾਈਜ਼ ਪੱਖੋਂ ਜਾਂ ਖਾਣ ਪੀਣ ਪੱਖੋਂ
ਇੱਕ ਤਾਂ ਮੈਂ ਤਾਂ ਜ਼ਰੂਰ ਸਮਝਦਾ ਕਿ ਐਕਸਰਸਾਈਜ਼ ਇਜ਼ ਅ ਬਿਗ ਮਸਟ ਫੋਰ ਐਵਰੀ ਵਨ। ਹਰ ਇੱਕ ਆਦਮੀ ਨੂੰ ਥੋੜ੍ਹਾ ਬਹੁਤਾ 15-20 ਮਿੰਟ ਅੱਧਾ ਘੰਟਾ ਜਿੰਨਾ ਵੀ ਉਹ ਆਪਣੇ ਰੁਝੇਵਿਆਂ 'ਚੋਂ ਟਾਈਮ ਕੱਢ ਕੇ ਐਕਸਰਸਾਈਜ਼ ਕਰ ਸਕਦਾ ਤਾਂ ਜ਼ਰੂਰ ਕਰਨੀ ਚਾਹੀਦੀ ਹੈ। ਵਾਟ ਐਵਰ ਲਿਟਲ ਦੇ ਕੈਨ ਡੂ ਦੇ ਮਸਟ ਡੂ। ਅਤੇ ਅਪਾਰਟ ਫਰੋਮ ਦੈਟ ਇੱਕ ਤਾਂ ਜੰਕ ਫੂਡ ਟੋਟਲੀ ਅਵੋਇਡ ਕਰਨ, ਕੋਸ਼ਿਸ਼ ਕਰਨ ਘਰੇਲੂ ਆਪਣੀ ਰੋਟੀ ਖਾਣ। ਇੱਕ ਤੀਜੀ ਗੱਲ ਹੈ ਕਿ ਜਿਹੜਾ ਭਾਵੇਂ ਵਿੰਟਰ ਮੰਥਸ 6 ਮਹੀਨੇ ਦੇ ਹੁਣ ਅੱਗੋਂ ਨੈਕਸਟ ਮੰਥ ਤੋਂ ਤੁਹਾਨੂੰ ਪਤਾ ਹੀ ਹੈ ਕਈ ਵਾਰੀ ਅਕਤੂਬਰ 'ਚ ਵੀ ਸਨੋਅ ਪੈ ਜਾਂਦੀ ਹੈ ਇੱਥੇ, ਅਤੇ ਨੈਕਸਟ ਮੰਥ ਤੋਂ ਪਰ ਫਿਰ ਵੀ ਜਿਹੜਾ ਆਪਣੇ ਲਾਈਫ ਸਟਾਈਲ ਨੂੰ ਇੰਨਾ ਕੁ ਐਕਟਿਵ ਰੱਖਣ ਕਿ ਉਹ ਫਿਜ਼ੀਕਲੀ ਐਕਟਿਵ ਰਹਿਣ ਅਤੇ ਤੰਦਰੁਸਤੀ ਵਾਸਤੇ, ਬਾਕੀ ਆਪਣਾ ਇਲਿਸਿਟ ਸਬਸਟੈਂਸਿਸ ਤੋਂ ਜਾਂ ਡਰੱਗਸ ਤੋਂ ਦੂਰ ਰਹਿਣ। ਜੇ ਸ਼ਰਾਬ ਵਰਤੋਂ ਕਰਦੇ ਹੋ ਤਾਂ ਬਹੁਤ ਹੀ ਮੋਡਰੇਸ਼ਨ ਦੇ ਵਿੱਚ ਕਰਨੀ ਚਾਹੀਦੀ ਹੈ। ਮੀਨਸ ਬਿੰਜ ਡਰਿੰਕਿੰਗ ਬਿਲਕੁਲ ਨਹੀਂ ਹੋਣੀ ਚਾਹੀਦੀ ਹੈ। ਸਮੋਕਿੰਗ ਟੋਟਲੀ ਬੰਦ ਕਰਨ ਜੇ ਕੋਈ ਲੋਕ ਕਰਦੇ ਵੀ ਹੈਗੇ ਨੇ। ਅਤੇ ਬਾਕੀ ਮੇਨ ਤਾਂ ਐਕਟੀਵਿਟੀ ਹੈ, ਫਿਜ਼ੀਕਲ ਐਕਟੀਵਿਟੀ ਹੈ, ਐਕਸਰਸਾਈਜ਼ ਹੈ, ਜਿਹਦੇ ਨਾਲ ਸਿਹਤ ਠੀਕ ਰਹਿ ਸਕਦੀ ਹੈ। ਬਾਕੀ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਫੈਮਿਲੀ ਡਾਕਟਰ ਨਾਲ ਜ਼ਰੂਰ ਤੁਸੀਂ ਸੰਪਰਕ ਰੱਖੋ। ਅਤੇ ਫੈਮਿਲੀ ਡਾਕਟਰ ਨਾਲ ਹਮੇਸ਼ਾ ਜਿੱਦਾਂ ਵੀ ਕੋਈ ਵੀ ਤੁਹਾਡਾ ਫੈਮਿਲੀ ਡਾਕਟਰ ਐਡਵਾਈਸ ਕਰੇ ਉਹਦੀ ਜ਼ਰੂਰ ਐਡਵਾਈਸ ਫੋਲੋ ਕਰਨੀ ਚਾਹੀਦੀ ਹੈ। ਟੈਸਟ ਜਿਹੜੇ ਹੈਗੇ ਨੇ ਜਿੱਦਾਂ ਤੁਹਾਡਾ ਫੈਮਿਲੀ ਡਾਕਟਰ ਤੁਹਾਨੂੰ ਐਡਵਾਈਜ਼ ਕਰਦਾ, ਕਿਉਂਕਿ ਹਰ ਏਜ ਗਰੁੱਪ ਦੇ ਹਿਸਾਬ ਨਾਲ ਡਿਫਰੈਂਟ ਡਿਫਰੈਂਟ ਟੈਸਟ ਜ਼ਰੂਰੀ ਨੇ, ਉਹ ਟੈਸਟ ਜ਼ਰੂਰ ਕਰਾਓ ਅਤੇ ਆਪਣੀ ਫੈਮਿਲੀ ਡਾਕਟਰ ਦੀ ਐਡਵਾਈਸ ਮੰਨੋ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਥੈਂਕ ਯੂ ਜੀ, ਥੈਂਕ ਯੂ ਯਸ਼ ਜੀ, ਥੈਂਕ ਯੂ ਮੈਨੂੰ ਅੱਜ ਇੱਥੇ ਸਟੂਡੀਓਜ਼ ਬੁਲਾਉਣ ਵਾਸਤੇ।